ਤੁਸੀਂ ਦੱਸੋ ਤੁਸੀਂ ਦੱਸੋ ਤੇਰੇ ਵਿੱਚੋਂ ਹੀ ਕੱਢਣਾ ਵਾ ਕਿੱਥੇ ਆ ਕਿੱਥੇ ਆ। ਮੈਂ ਕਿਹਾ ਵੀ ਮੈਂ ਕਿਹੜਾ ਟਰੱਕ ਦੇ ਵਿੱਚ ਬਾਲਿਆ। ਮੈਨੂੰ ਜਦੋਂ ਕੰਪੈਲ ਕਰੀ ਜਾਂਦੇ ਵੀ ਤੁਸੀਂ ਦੱਸੋ ਤੇਰੇ ਵਿੱਚੋਂ ਹੀ ਕੱਢਣਾ ਵਾ ਕਿੱਥੇ ਆ ਕਿੱਥੇ ਆ। ਮੈਂ ਕਿਹਾ ਵੀ ਮੈਂ ਕਿਹੜਾ ਟਰੱਕ ਦੇ ਵਿੱਚ ਬਾਲਿਆ ਉਹ ਟਰੱਕ। ਤੇ ਮੈਂ ਉਹਨੂੰ ਦੱਸਿਆ ਵੀ ਇਹ ਗੱਲਬਾਤ ਦੂਜੇ ਨੂੰ ਐਸ ਐਸ ਪੀ ਦੇ ਹੱਥੀ ਨੂੰ ਵੀ ਜਿਹੜਾ ਵੀ ਮਤਲਬ ਵੀ 14 ਤਰੀਕ ਨੂੰ ਅਸੀਂ ਕੰਮ ਨਿਬੇੜ ਦਾਂਗੇ। ਭਾਊ ਦਾ ਮਤਲਬ ਵੀ ਸਰੈਂਡਰ ਕਰਨ ਦਾ ਇਰਾਦਾ ਹੈਗਾ ਸੀ ਵਿਸਾਖੀ ਵਾਲੇ ਦਿਨ ਦਾ, ਹਨਾ। ਤੇ ਭਾਊ ਦਾ ਮੈਨੂੰ ਮੈਸੇਜ ਵੀ ਆਇਆ ਸੀ ਵੀ ਤੂੰ ਉਹਨਾਂ ਨੂੰ ਇੰਨੀ ਗੱਲ ਦੱਸ ਦੇ, ਕਿਉਂਕਿ ਆਪਸ਼ਨਾਂ ਭਾਊ ਦੇ ਕੋਲੋਂ ਦੋ ਬਚੀਆਂ ਸੀ। ਇੱਕ ਭਾਊ ਖੁਦ ਗ੍ਰਿਫਤਾਰੀ ਦੇ ਦਿੰਦਾ ਤੇ ਜਾਂ ਭਾਊ ਫਿਰ ਜਿਹੜਾ ਸੀ ਵੀ ਮਤਲਬ ਕੰਟਰੀ ਆਊਟ ਕਰ ਜਾਂਦਾ। ਫੋਨ ਚੁੱਕਣਾ ਵੀ ਬੰਦ ਕਰ ਦਿੱਤਾ ਸੀ ਵੀ ਉਹ ਮੈਨੂੰ ਜਦੋਂ ਕੰਪੈਲ ਕਰੀ ਜਾਂਦੇ ਵੀ ਤੁਸੀਂ ਦੱਸੋ ਤੇਰੇ ਵਿੱਚੋਂ ਹੀ ਕੱਢਣਾ ਵਾ ਕਿੱਥੇ ਆ ਕਿੱਥੇ ਆ। ਮੈਂ ਵੀ ਮੈਂ ਕਿਹੜਾ ਟਰੱਕ ਦੇ ਵਿੱਚ ਬਾਲਿਆ, ਉਹ ਟਰੱਕ ਦੀ ਬਾਰੀ ਖੋਲ ਕੇ ਤੇ ਕਹਿਣਾ ਵੀ ਭਾਊ ਉਤਰ ਜਾ ਮੇਰੇ ਨਾਲੋਂ। ਤੇ ਫਿਰ ਮੁੜ ਕੇ ਬਾਅਦ ਦੇ ਵਿੱਚ ਜਦੋਂ ਹੁਣ ਇਹਨਾਂ ਦੀ ਅੰਤ ਹੋ ਗਿਆ ਸੀ, ਯਾਨੀ ਕਿ ਰੋਜ਼ ਹੀ ਸੱਦਣ ਲੱਗ ਪਏ ਸੀ, ਮੇਰਾ ਮੁੰਡਾ ਵਾ ਅੰਡਰ 18 ਅਜੇ, ਉਹਨੂੰ ਵੀ ਸੱਦ ਲਿਆ ਤੇ ਮਤਲਬ ਵੀ ਉਹ ਬੱਚਾ ਸੀ, ਚਲੋ ਉਹ ਡਰ ਗਿਆ ਕਿਉਂਕਿ ਚਲੋ ਇਹ ਕਦੀ ਵੇਖਿਆ ਨੀ ਕੁਝ ਉਹਨਾਂ ਨੇ, ਉਹਨੇ ਬੇਚਾਰੇ ਨੇ ਕਦੀ ਮਤਲਬ ਵੀ ਰੱਖਿਆ ਹੀ ਉਸ ਤਰੀਕੇ ਨਾਲ ਉਹਨੂੰ ਵੀ, ਮੈਂ ਪਿੰਡ ਨੂੰ ਵੀ ਕੱਟ ਆਊਟ ਹੀ ਰੱਖਿਆ ਉਹਨੂੰ ਵੀ ਮੇਰੇ ਪਿੰਡ ਦੇ ਹਾਲਾਤ ਸਹੀ ਨੀ ਹੈਗੇ ਨਸ਼ੇ ਪੱਤੇ ਤੌਰ ਦੇ ਉੱਤੇ, ਤੇ ਮੈਂ ਨਹੀਂ ਚਾਹੁੰਦਾ ਵੀ ਇਹਦੀ ਥੋੜੀ ਜਿਹੀ ਮਤਲਬ ਵੀ ਜਿਹੜੀ ਆ ਸੰਗਤ ਗਲਤ ਹੋਵੇ। ਤੇ ਮੈਂ ਆਪਣੇ ਸਹੁਰੇ ਹੀ ਰੱਖਿਆ ਸੀ ਉਹਨੂੰ, ਉੱਥੇ ਹੀ ਆਪਣੇ ਮਾਮੇ ਨਾਲ ਹੀ ਖੇਤੀਬਾੜੀ ਕਰਦਾ ਸੀ ਤੇ ਪੜ੍ਹਦਾ ਸੀ ਨਾਲ ਦੇ ਨਾਲ, ਜਿਮ ਜਮ ਦਾ ਸ਼ੌਕੀਨ ਆ। ਤੇ ਉਹਨੂੰ ਵੀ ਲੱਗ ਪਏ ਸੀ ਜਿੱਦਾਂ, ਯਾਨੀ ਕਿ ਉਹਨੂੰ ਵੀ ਵਿਚਾਰੇ ਨੂੰ ਛੋਟੇ ਨੂੰ ਕਰਨ ਲੱਗੇ, ਉਹ ਤਾਂ ਕਰਕੇ ਹੁਣ ਫਲ ਵੀ ਮੈਂ ਇਹ ਇੰਨੀ ਗੱਲ ਕਰਦਾ ਸੀ ਵੀ ਚਲੋ ਮੈਂ ਦੱਸਿਆ ਵੀ ਨਹੀਂ ਕਿਸੇ ਨੂੰ, ਮੈਂ ਕਿਹਾ ਵੀ ਚਲੋ ਆਪੇ ਹਟ ਜਾਣਗੇ, ਪਰ ਮਤਲਬ ਵੀ ਨਹੀਂ ਇਹ ਮਤਲਬ ਵੀ ਕੋਈ ਇਹ ਨਹੀਂ ਹਟੇ। ਤੇ ਫਿਰ ਕੁਝ ਮੁੰਡਿਆਂ ਨੇ ਗੱਲਬਾਤ ਕੀਤੀ ਸੀ ਜਸਵੀਰ ਸਿੰਘ ਨਾਲ, ਤੇ ਮੈਂ ਤੇ ਸਗੋਂ ਉਹਨਾਂ ਨੂੰ ਇੰਨੀ ਗੱਲ ਆਖੀ ਵੀ ਤੁਸੀਂ ਰਹਿਣ ਦਿਓ ਕੋਈ ਗੱਲ ਨੀ, ਇਹਨਾਂ ਨੂੰ ਮਤਲਬ ਵੀ ਵੇਖ ਲੈਣ ਦਿਓ, ਲਾ ਲੈਣ ਦਿਓ ਜੋਰ ਤੋਂ। ਕਹਿੰਦੇ ਨਹੀਂ ਹੀ ਮਤਲਬ ਵੀ ਜਿਹੜੀ ਇਹ ਗੱਲਬਾਤ ਹੈਗੀ ਆ ਉਹ ਕਰ ਲਾਂਗੇ। ਫਿਰ ਇਹ ਜਸਵੀਰ ਸੋ ਹੁਣੀ ਗਏ ਆ ਤੇ ਉਦਨੇ ਛਡਾ ਕੇ ਲਿਆਏ ਆ, ਤੇ ਉਹ ਕੁਦਰਤੀ ਜਿਹੜਾ ਸੀ ਮਤਲਬ ਵੀ ਭਾਊ ਦਾ ਉਹਦਾ ਜਦੋਂ ਤੱਕ ਮੇਰੀ ਗੱਲਬਾਤ ਹੋਈ ਆ ਤੇ ਭਾਊ ਦਾ ਮਤਲਬ ਵੀ ਸਰੈਂਡਰ ਕਰਨ ਦਾ ਇਰਾਦਾ ਹੈਗਾ ਸੀ ਵਿਸਾਖੀ ਵਾਲੇ ਦਿਨ ਦਾ, ਹਨਾ। ਤੇ ਭਾਊ ਦਾ ਮੈਨੂੰ ਮੈਸੇਜ ਵੀ ਆਇਆ ਸੀ ਵੀ ਤੂੰ ਉਹਨਾਂ ਨੂੰ ਇੰਨੀ ਗੱਲ ਦੱਸ ਦੇ ਜਿੱਦਣ ਮਤਲਬ ਵੀ ਵਿਸਾਖੀ ਤੱਕ ਅਜੇ ਆਪਣੇ ਬਜ਼ੁਰਗ ਨੂੰ ਤੇ ਮੇਰੇ ਸਾਲੇ ਨੂੰ ਹੀ ਤੰਗ ਕਰਦੇ ਸੀ, ਨਾਲ ਮੇਰੇ ਜਿੱਦਾਂ ਬਾਕੀ ਪਰਿਵਾਰ ਨੂੰ ਜਿਹੜੇ ਮਰਦ ਬੰਦੇ ਸੀ ਜਿੱਦਾਂ ਮੇਲ ਨੂੰ ਤੰਗ ਕਰਦੇ ਸਾਰਿਆਂ ਨੂੰ। ਤੇ ਉਦੋਂ ਮੈਨੂੰ ਭਾਊ ਨੇ ਮੈਸੇਜ ਦਿੱਤਾ ਸੀ ਵੀ ਤੂੰ ਉਹਨਾਂ ਨੂੰ ਦੱਸ ਦੇ ਵੀ 14 ਤਰੀਕ ਨੂੰ ਇਹ ਕੰਮ ਨਿਬੇੜ ਦੇਣਾ ਵਾ ਸੀ। ਤੇ ਮੈਂ ਉਹਨੂੰ ਦੱਸਿਆ ਵੀ ਇਹ ਗੱਲਬਾਤ ਦੂਜੇ ਨੂੰ ਐਸ ਐਸ ਪੀ ਦੇ ਹੱਥੀ ਨੂੰ ਵੀ ਜਿਹੜਾ ਵੀ ਮਤਲਬ ਵੀ 14 ਤਰੀਕ ਨੂੰ ਅਸੀਂ ਕੰਮ ਨਿਬੇੜ ਦਾਂਗੇ। ਪਰ ਗੱਲਬਾਤ ਕੀ ਬਣੀ ਵੀ ਇਹਨਾਂ ਨੇ ਫਿਰ ਸਿਕਿਉਰਿਟੀ ਉੱਥੇ ਇੰਨੀ ਟਾਈਟ ਕਰ ਦਿੱਤੀ ਸੀ ਕਿ ਜਿਹੜੇ ਵੀ ਉੱਥੇ ਭਾਊ ਜਾ ਨੀ ਸਕਿਆ ਪਹੁੰਚ ਨੀ ਸਕਿਆ। ਸੋ ਆਹ ਜਿਹੜੇ ਗ੍ਰਿਫਤਾਰੀ ਦੇ ਦਿੰਦਾ ਤੇ ਜਾਂ ਭਾਊ ਫਿਰ ਜਿਹੜਾ ਸੀ ਮਤਲਬ ਕੰਟਰੀ ਆਊਟ ਕਰ ਜਾਂਦਾ। ਤੇ ਕੰਟਰੀ ਆਊਟ ਮਤਲਬ ਵੀ ਮੈਂ ਗੁਲਾਮਪਾਲ ਦੀ ਲੌਂਚਿੰਗ ਵਾਲੇ ਦਿਨ ਸਾਰੀ ਕਹਾਣੀ ਦੱਸਤੀ ਸੀਗੀ ਵੀ ਐਂ ਜਾ ਕੇ ਇਹ ਐਂਡ ਹੋਣੀ ਆ। ਆ ਦੇਖ ਲਓ ਹੁਣ ਬਘੇਲਾ ਇਹਨੂੰ ਕਹਿੰਦਾ ਸੀ ਮੇਰਾ ਭਰਾ ਏ। ਆ ਦੇਖੋ ਕੀ ਕੀਤਾ, ਆਪਦਾ ਅਮਰੀਕਾ ਦਾ ਸਿਟੀਜ਼ਨ ਲੈ ਇਹਨੇ ਬਹੁਤ ਕੋਸ਼ਿਸ਼ ਕੀਤੀ, ਪਹਿਲਾਂ ਵੀ ਬਹੁਤ ਵਾਰੀ ਇਹਨੇ ਟਰਾਈ ਕੀਤਾ, ਬਹੁਤ ਗਦਾਰੀਆਂ ਕੀਤੀਆਂ, ਪਰ ਨਹੀਂ ਇਹਨੇ ਬੜੀਆਂ ਭੇਡਾਂ ਪਾਲ ਕੇ ਰੱਖੀਆਂ ਲੱਖਾਂ ਦੀ ਗਿਣਤੀ ਦੇ ਵਿੱਚ, ਠੀਕ ਹੈ। 100-100 ਦਾ ਇਹ ਪੇਜ ਰਨ ਕਰਦਾ, ਗਰੁੱਪ ਰਨ ਕਰਦਾ ਗਾ, ਫੇਕ ਫੋਟੋਆਂ ਐਡਿਟ ਕਰਨੀਆਂ, ਵੀਡੀਓ ਐਡਿਟ ਕਰਨੀਆਂ। ਹੁਣ ਜਦੋਂ ਇਹਦੀਆਂ ਮਿਲੀਆਂ ਇਹਦੀਆਂ ਭੇਡਾਂ ਨੂੰ ਲੱਗਦਾ ਕਿ ਨਹੀਂ ਸਾਰਾ ਕੁਛ ਫੇਕ ਹੀ ਆ। ਇਹ ਲੋਕਾਂ ਦੇ ਦਿਮਾਗ ਦੇ ਵਿੱਚ ਪੰਥਕ ਕੀੜਾ ਚਾੜ ਕੇ ਫੁੱਦੂ ਬਣਾਉਂਦਾ ਲੋਕਾਂ ਨੂੰ। ਕਰਦਾਂ ਗੱਲ ਅੱਗੇ, ਕੰਪੈਲ ਕਰੀ ਜਾਂਦੇ ਵੀ ਤੁਸੀਂ ਦੱਸੋ ਤੇਰੇ ਵਿੱਚੋਂ ਹੀ ਕੱਢਣਾ ਵਾ ਕਿੱਥੇ ਆ ਕਿੱਥੇ ਆ, ਵੀ ਤੁਸੀਂ ਦੱਸੋ ਤੇਰੇ ਵਿੱਚੋਂ ਹੀ ਕੱਢਣਾ ਵਾ ਕਿੱਥੇ ਆ ਕਿੱਥੇ ਆ। ਮੈਂ ਕਿਹਾ ਵੀ ਮੈਂ ਕਿਹੜਾ ਟਰੱਕ ਦੇ ਵਿੱਚ ਬਾਲਿਆ। ਮੈਨੂੰ ਜਦੋਂ ਕੰਪੈਲ ਕਰੀ ਜਾਂਦੇ ਵੀ ਤੁਸੀਂ ਦੱਸੋ ਤੇਰੇ ਵਿੱਚੋਂ ਹੀ ਕੱਢਣਾ ਵਾ ਕਿੱਥੇ ਆ ਕਿੱਥੇ ਆ, ਮੈਂ ਕਿਹਾ ਵੀ ਮੈਂ ਕਿਹੜਾ ਟਰੱਕ ਦੇ ਵਿੱਚ ਬਾਲਿਆ ਉਹ ਟਰੱਕ। ਤੇ ਮੈਂ ਉਹਨੂੰ ਦੱਸਿਆ ਵੀ ਇਹ ਗੱਲਬਾਤ ਦੂਜੇ ਨੂੰ ਐਸ ਐਸ ਪੀ ਦੇ ਹੱਥੀ ਨੂੰ ਵੀ ਜਿਹੜਾ ਵੀ ਮਤਲਬ ਵੀ 14 ਤਰੀਕ ਨੂੰ ਅਸੀਂ ਕੰਮ ਨਿਬੇੜ ਦਾਂਗੇ। ਭਾਊ ਦਾ ਮਤਲਬ ਵੀ ਸਰੈਂਡਰ ਕਰਨ ਦਾ ਇਰਾਦਾ ਹੈਗਾ ਸੀ ਵਿਸਾਖੀ ਵਾਲੇ ਦਿਨ ਦਾ, ਹਨਾ। ਤੇ ਭਾਊ ਦਾ ਮੈਨੂੰ ਮੈਸੇਜ ਵੀ ਆਇਆ ਸੀ ਵੀ ਤੂੰ ਉਹਨਾਂ ਨੂੰ ਇੰਨੀ ਗੱਲ ਦੱਸ ਦੇ, ਕਿਉਂਕਿ ਆਪਸ਼ਨਾਂ ਭਾਊ ਦੇ ਕੋਲੋਂ ਦੋ ਬਚੀਆਂ ਸੀ। ਇੱਕ ਭਾਊ ਖੁਦ ਗ੍ਰਿਫਤਾਰੀ ਦੇ ਦਿੰਦਾ ਤੇ ਜਾਂ ਭਾਊ ਫਿਰ ਜਿਹੜਾ ਸੀ ਵੀ ਮਤਲਬ ਕੰਟਰੀ ਆਊਟ ਕਰ ਜਾਂਦਾ। ਫੋਨ ਚੁੱਕਣਾ ਵੀ ਬੰਦ ਕਰ ਦਿੱਤਾ ਸੀ ਵੀ
ਫੋਨ ਚੁੱਕਣਾ ਬੰਦ ਕਰ ਦਿੱਤਾ ਸੀ ਵੀ ਉਹ ਮੈਨੂੰ ਜਦੋਂ ਕੰਪੈਲ ਕਰੀ ਜਾਂਦੇ ਸੀ ਵੀ ਤੁਸੀਂ ਦੱਸੋ ਤੇਰੇ ਵਿੱਚੋਂ ਹੀ ਕੱਢਣਾ ਵਾ ਕਿੱਥੇ ਆ ਕਿੱਥੇ ਆ। ਮੈਂ ਕਿਹਾ ਵੀ ਮੈਂ ਕਿਹੜਾ ਟਰੱਕ ਦੇ ਵਿੱਚ ਬਾਲਿਆ ਵੀ ਟਰੱਕ ਦੀ ਬਾਰੀ ਖੋਲ ਕੇ ਤੇ ਕਹਿਣਾ ਵੀ ਭਾਊ ਉਤਰ ਜਾ ਮੇਰੇ ਨਾਲੋਂ। ਤੇ ਫਿਰ ਮੁੜ ਕੇ ਬਾਅਦ ਦੇ ਵਿੱਚ ਜਦੋਂ ਹੁਣ ਇਹਨਾਂ ਦੀ ਅੰਤ ਹੋ ਗਿਆ ਸੀ ਯਾਨੀ ਕਿ ਰੋਜ਼ ਹੀ ਸੱਦਣ ਲੱਗ ਪਏ ਸੀ ਮੇਰਾ ਮੁੰਡਾ ਵਾ ਅੰਡਰ 18 ਅਜੇ ਉਹਨੂੰ ਵੀ ਸੱਦ ਲਿਆ ਤੇ ਮਤਲਬ ਵੀ ਉਹ ਬੱਚਾ ਸੀ ਚਲੋ ਉਹ ਡਰ ਗਿਆ ਕਿਉਂਕਿ ਚਲੋ ਇਹ ਕਦੀ ਵੇਖਿਆ ਨੀ ਕੁਝ ਉਹਨਾਂ ਨੇ ਉਹਨੇ ਬੇਚਾਰੇ ਨੇ ਕਦੀ ਮਤਲਬ ਵੀ ਰੱਖਿਆ ਹੀ ਉਸ ਤਰੀਕੇ ਨਾਲ ਉਹਨੂੰ ਵੀ ਮੈਂ ਪਿੰਡ ਨੂੰ ਵੀ ਕੱਟ ਆਊਟ ਹੀ ਰੱਖਿਆ ਉਹਨੂੰ ਵੀ ਮੇਰੇ ਪਿੰਡ ਦੇ ਹਾਲਾਤ ਸਹੀ ਨਹੀਂ ਹੈਗੇ ਨਸ਼ੇ ਪੱਤੇ ਤੌਰ ਦੇ ਉੱਤੇ ਤੇ ਮੈਂ ਨਹੀਂ ਚਾਹੁੰਦਾ ਵੀ ਇਹਦੀ ਥੋੜੀ ਜਿਹੀ ਮਤਲਬ ਵੀ ਜਿਹੜੀ ਆ ਸੰਗਤ ਗਲਤ ਹੋਵੇ ਤੇ ਮੈਂ ਆਪਣੇ ਸਹੁਰੇ ਰੱਖਿਆ ਸੀ ਉਹਨੂੰ ਉੱਥੇ ਹੀ ਆਪਣੇ ਮਾਮੇ ਨਾਲ ਹੀ ਖੇਤੀਬਾੜੀ ਕਰਦਾ ਸੀ ਤੇ ਪੜ੍ਹਦਾ ਸੀ ਨਾਲ ਦੇ ਨਾਲ ਜਿਮ ਜਮ ਦਾ ਸ਼ੌਕੀਨ ਆ ਤੇ ਉਹਨੂੰ ਵੀ ਲੱਗ ਪਏ ਸੀ ਜਿੱਦਾਂ ਯਾਨੀ ਕਿ ਉਹਨੂੰ ਵੀ ਵਿਚਾਰੇ ਨੂੰ ਛੋਟੇ ਨੂੰ ਕਰਨ ਲੱਗੇ ਉਹ ਤਾਂ ਕਰਕੇ ਹੁਣ ਫਲ ਵੀ ਮੈਂ ਇਹ ਇੰਨੀ ਗੱਲ ਕਰਦਾ ਸੀ ਵੀ ਚਲੋ ਮੈਂ ਦੱਸਿਆ ਵੀ ਨਹੀਂ ਕਿਸੇ ਨੂੰ ਮੈਂ ਕਿਹਾ ਵੀ ਚਲੋ ਆਪੇ ਹਟ ਜਾਣਗੇ ਪਰ ਮਤਲਬ ਵੀ ਨਹੀਂ ਇਹ ਮਤਲਬ ਵੀ ਕੋਈ ਇਹ ਨਹੀਂ ਹਟੇ ਤੇ ਫਿਰ ਕੁਝ ਮੁੰਡਿਆਂ ਨੇ ਗੱਲਬਾਤ ਕੀਤੀ ਸੀ ਜਸਵੀਰ ਸਿੰਘ ਨਾਲ ਤੇ ਮੈਂ ਤੇ ਸਗੋਂ ਉਹਨਾਂ ਨੂੰ ਇੰਨੀ ਗੱਲ ਆਖੀ ਵੀ ਤੁਸੀਂ ਰਹਿਣ ਦਿਓ ਕੋਈ ਗੱਲ ਨੀ ਇਹਨਾਂ ਨੂੰ ਮਤਲਬ ਵੀ ਵੇਖ ਲੈਣ ਦਿਓ ਲਾ ਲੈਂਦੋ ਜੋਰ ਤੋਂ ਕਹਿੰਦੇ ਨਹੀਂ ਹੀ ਮਤਲਬ ਵੀ ਜਿਹੜੀ ਇਹ ਗੱਲਬਾਤ ਹੈਗੀ ਆ ਉਹ ਕਰ ਲਾਂਗੇ। ਫਿਰ ਇਹ ਜਸਵੀਰ ਸੋ ਹੁਣੀ ਗਏ ਆ ਤੇ ਉਦੋਂ ਨੇ ਛਡਾ ਕੇ ਲਿਆਏ ਆ ਤੇ ਉਹ ਕੁਦਰਤੀ ਜਿਹੜਾ ਸੀ ਮਤਲਬ ਵੀ ਭਾਊ ਦਾ ਉਹਦਾ ਜਦੋਂ ਤੱਕ ਮੇਰੀ ਗੱਲਬਾਤ ਹੋਈ ਆ ਤੇ ਭਾਊ ਦਾ ਮਤਲਬ ਵੀ ਸਰੈਂਡਰ ਕਰਨ ਦਾ ਇਰਾਦਾ ਹੈਗਾ ਸੀ ਵਿਸਾਖੀ ਵਾਲੇ ਦਿਨ ਦਾ ਹਨਾ ਤੇ ਭਾਊ ਦਾ ਮੈਨੂੰ ਮੈਸੇਜ ਵੀ ਆਇਆ ਸੀ ਵੀ ਤੂੰ ਉਹਨਾਂ ਨੂੰ ਇੰਨੀ ਗੱਲ ਦੱਸ ਦੇ ਜਿੱਦਣ ਮਤਲਬ ਵੀ ਵਿਸਾਖੀ ਤੱਕ ਅਜੇ ਆਪਣੇ ਬਜ਼ੁਰਗ ਨੂੰ ਤੇ ਮੇਰੇ ਸਾਲੇ ਨੂੰ ਹੀ ਤੰਗ ਕਰਦੇ ਸੀ ਨਾਲ ਮੇਰੇ ਜਿੱਦਾਂ ਬਾਕੀ ਪਰਿਵਾਰ ਨੂੰ ਜਿਹੜੇ ਮਰਦ ਬੰਦੇ ਜਿੱਦਾਂ ਮੇਲ ਨੂੰ ਤੰਗ ਕਰਦੇ ਸਾਰਿਆਂ ਨੂੰ ਤੇ ਉਦੋਂ ਮੈਨੂੰ ਭਾਊ ਨੇ ਮੈਸੇਜ ਦਿੱਤਾ ਸੀ ਵੀ ਤੂੰ ਉਹਨਾਂ ਨੂੰ ਦੱਸ ਦੇ ਵੀ 14 ਤਰੀਕ ਨੂੰ ਇਹ ਕੰਮ ਨਿਬੇੜ ਦੇਣਾ ਵਾ ਸੀ ਤੇ ਮੈਂ ਉਹਨੂੰ ਦੱਸਿਆ ਵੀ ਸੀ ਗੱਲਬਾਤ ਦੂਜੇ ਨੂੰ SSP ਦਿਹਾਤੀ ਨੂੰ ਵੀ ਜਿਹੜਾ ਵੀ ਮਤਲਬ ਵੀ 14 ਤਰੀਕ ਨੂੰ ਅਸੀਂ ਕੰਮ ਨਿਬੇੜ ਦਾਂਗੇ ਪਰ ਗੱਲਬਾਤ ਕੀ ਬਣੀ ਵੀ ਇਹਨਾਂ ਨੇ ਫਿਰ ਸਿਕਿਉਰਿਟੀ ਉੱਥੇ ਇੰਨੀ ਟਾਈਟ ਕਰ ਦਿੱਤੀ ਸੀ ਕਿ ਜਿਹੜੇ ਵੀ ਉੱਥੇ ਭਾਊ ਜਾ ਨਹੀਂ ਸਕਿਆ ਪਹੁੰਚ ਨਹੀਂ ਸਕਿਆ ਸੋ ਆਹ ਜਿਹੜੇ ਜਾ ਨਹੀਂ ਸਕਿਆ ਪਹੁੰਚ ਨਹੀਂ ਸਕਿਆ ਸੋ ਆਹ ਜਿਹੜੇ ਇੰਨੇ ਦਿਨ 14 ਤਰੀਕ ਤੋਂ ਬਾਅਦ ਜਿਹੜੇ ਆ ਹੁਣ 7-8 ਦਿਨ ਉੱਪਰ ਹੋ ਗਏ ਇਹ ਹੋ ਗਏ ਕਿਉਂਕਿ ਆਪਸ਼ਨਾਂ ਭਾਊ ਦੇ ਕੋਲੋਂ 2 ਬਚੀਆਂ ਸੀ ਇੱਕ ਭਾਊ ਖੁਦ ਗ੍ਰਿਫਤਾਰੀ ਦੇ ਦਿੰਦਾ ਤੇ ਜਾਂ ਭਾਊ ਫਿਰ ਜਿਹੜਾ ਸੀ ਮਤਲਬ ਕੰਟਰੀ ਆਊਟ ਕਰ ਜਾਂਦਾ ਤੇ ਕੰਟਰੀ ਆਊਟ ਮਤਲਬ ਵੀ ਮੈਂ ਗੁਲਾਮ ਪਾਲ ਦੀ ਲੌਂਚ ਵਾਲੇ ਦਿਨ ਸਾਰੀ ਕਹਾਣੀ ਦਾ ਆਤੀ ਸੀਗੀ ਵੀ ਐਂ ਜਾ ਕੇ ਇਹ ਐਂਡ ਹੋਣੀ ਆ ਆ ਦੇਖ ਲਓ ਹੁਣ ਬਘੇਲਾ ਇਹਨੂੰ ਕਹਿੰਦਾ ਸੀ ਮੇਰਾ ਭਰਾ ਏ ਆ ਦੇਖੋ ਕੀ ਕੀਤਾ ਆਪਦਾ ਅਮਰੀਕਾ ਦਾ ਸਿਟੀਜ਼ਨ ਲੈ ਇਹਨੇ ਬਹੁਤ ਕੋਸ਼ਿਸ਼ ਕੀਤੀ ਪਹਿਲਾਂ ਵੀ ਬਹੁਤ ਵਾਰੀ ਇਹਨੇ ਟਰਾਈ ਕੀਤਾ ਬਹੁਤ ਗਦਾਰੀਆਂ ਕੀਤੀਆਂ ਪਰ ਨਹੀਂ ਇਹਨੇ ਬੜੀਆਂ ਭੇਡਾਂ ਪਾਲ ਕੇ ਰੱਖੀਆਂ ਲੱਖਾਂ ਦੀ ਗਿਣਤੀ ਦੇ ਵਿੱਚ ਠੀਕ ਹੈ 100-100 ਦਾ ਇਹ ਪੇਜ ਰਨ ਕਰਦਾ ਗਰੁੱਪ ਰਨ ਕਰਦਾ ਗਾ ਫੇਕ ਫੋਟੋਆਂ ਐਡਿਟ ਕਰਨੀਆਂ ਵੀਡੀਓ ਐਡਿਟ ਕਰਨੀਆਂ ਹੁਣ ਜਦੋਂ ਇਹਦੀਆਂ ਮਿਲੀਆਂ ਇਹਦੀਆਂ ਭੇਡਾਂ ਨੂੰ ਲੱਗਦਾ ਕਿ ਨਹੀਂ ਸਾਰਾ ਕੁਛ ਫੇਕ ਹੀ ਆ ਇਹ ਲੋਕਾਂ ਦੇ ਦਿਮਾਗ ਦੇ ਵਿੱਚ ਪੰਥਕ ਕੀੜਾ ਚਾੜ ਕੇ ਫੁੱਦੂ ਬਣਾਉਂਦਾ ਲੋਕਾਂ ਨੂੰ ਕਰਦਾਂਗਾ ਲੱਗੇ ਕੰਪੈਲ ਕਰੀ ਜਾਂਦੇ ਵੀ ਤੁਸੀਂ ਦੱਸੋ ਤੇਰੇ ਵਿੱਚੋਂ ਹੀ ਕੱਢਣਾ ਵਾ ਕਿੱਥੇ ਆ ਕਿੱਥੇ ਆ ਮੈਂ ਕਿਹਾ ਵੀ ਮੈਂ